ਮਿਤੀ 27/8/2024 ਨੂੰ ਮਹਿਤਪੁਰ ਕਸਬਾ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਬਾਹਰੋਂ ਇੱਕ ਲੇਡੀ ਕਸ਼ਮੀਰ ਕੌਰ ਪਤਨੀ ਮੱਘਰ ਸਿੰਘ ਜੋ ਕਾਫੀ ਏਜ ਵੀ ਹੈ ਅਤੇ 40,000 ਰੁਪਏ ਉਹਨੇ ਬੈਂਕ 'ਚੋਂ ਕਢਾਇਆ ਸੀ। ਉਸ ਦਿਨ ਕੋਈ ਨਾਮਨੂੰ ਵਿਅਕਤੀਆਂ ਨੇ ਔਰਤਾਂ ਨੇ ਉਹਦੇ ਜਿਹੜੇ 40,000 ਰੁਪਈਆ ਉਹ ਕਿਸੇ ਤੇਜ਼ਧਾਰ ਹਥਿਆਰ ਨਾਲ ਖੋਲ੍ਹੇ ਸੀਗੇ। ਉਹ ਉਸ ਦਿਨ ਤੋਂ ਲੈ ਕੇ ਉਹ ਬੜੀ ਘਬਰਾਈ ਹੋਈ ਸੀ ਅਤੇ ਉਹਨੇ ਪੁਲਿਸ ਨੂੰ ਅੱਜ ਇੰਟੀਮੇਟ ਕੀਤਾ ਕੱਲ੍ਹ, ਅਤੇ ਜਿਹਦੇ ਸੰਬੰਧੀ ਮੁਕੱਦਮਾ ਨੰਬਰ 104 ਅੰਡਰ ਸੈਕਸ਼ਨ 304 BNS ਥਾਣਾ ਮਹਿਤਪੁਰ ਦਰਜ ਕਰਾਇਆ, ਜੋ ਇਸ ਇਨਵੈਸਟੀਗੇਸ਼ਨ ਨੂੰ ਸੰਗੀਤਾ ਨੂੰ ਲੈਂਦਿਆਂ ਹੋਇਆਂ ਥਾਣਾ ਮਹਿਤਪੁਰ ਦੇ SHO ਇੰਸਪੈਕਟਰ ਅਜੇਪਾਲ ਅਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਸੱਜੇ ਢੰਗ ਨਾਲ ਇਸ ਇਨਵੈਸਟੀਗੇਸ਼ਨ ਨੂੰ ਹੱਲ ਕੀਤਾ ਇਸ ਕੇਸ ਨੂੰ, ਜਿਹਦੇ ਤਹਿਤ 3 ਲੇਡੀ ਜੋ ਪ੍ਰਵਾਸੀ ਹਨ, ਸਲਾਨੀ ਭਾਵਨਾ ਅਤੇ ਅਨੰਨਿਆ ਸਮੇਤ ਇੱਕ ਆਟੋ ਡਰਾਈਵਰ ਦਵਿੰਦਰ ਸਿੰਘ, ਇਹਨਾਂ ਨੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਸੀ ਅਤੇ ਇੱਥੇ ਉਹਦੇ ਨਾਲ ਇੰਸੀਡੈਂਟ ਕਰਨ ਤੋਂ ਬਾਅਦ ਆਟੋ 'ਚ ਸਵਾਰ ਹੋ ਕੇ ਅਤੇ ਆਪਣੇ ਟਿਕਾਣੇ 'ਤੇ ਪਹੁੰਚ ਗਈਆਂ। ਜੋ ਸੈਂਟੀਫਿਕ ਅਤੇ ਆਧੁਨਿਕ ਤਰੀਕਿਆਂ ਨਾਲ ਇਹਨੂੰ ਇਨਵੈਸਟੀਗੇਟ ਕਰਕੇ ਤਿੰਨਾਂ ਨੂੰ ਜਿਹੜਾ ਅੱਜ ਗ੍ਰਿਫਤਾਰ ਕੀਤਾ, ਔਰ ਇਹ ਬੜੇ ਅਪਰਾਧੀ ਕਿਸਮ ਦੇ ਲੋਕ ਨੇ, ਇਹਨਾਂ ਨੇ ਬਹੁਤ ਸਾਰੀਆਂ ਘਟਨਾਵਾਂ ਨੂੰ ਅੰਜਾਮ ਵੀ ਦਿੱਤਾ ਔਰ ਇਹਨਾਂ ਦੇ ਪੁਰਾਣੇ ਮੁਕੱਦਮੇ ਦਰਜੇ ਜੇਲ੍ਹਾਂ 'ਚੋਂ ਬਾਹਰ ਆਏ ਹੋਏ। ਜੋ ਥਾਣਾ ਮਹਿਤਪੁਰ ਨੇ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਅਤੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਮਾਨਯੋਗ SSP ਸਾਹਿਬ ਸ਼੍ਰੀ ਹਰਪ੍ਰੀਤ ਕੰਵਰ ਸਿੰਘ ਖੱਕ ਜੀ ਵੱਲੋਂ ਬਹੁਤ ਹੀ ਸਖ਼ਤ ਆਦੇਸ਼ ਦਿੱਤੇ ਗਏ ਹਨ, ਜਿਹਦੇ ਤਹਿਤ ਇਲਾਕੇ ਨੂੰ ਕ੍ਰਾਈਮ ਫਰੀ ਰੱਖਣ ਲਈ ਪੁਲਿਸ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਧੰਨਵਾਦ। ਮਿਤੀ 27/8/2024 ਨੂੰ ਮਹਿਤਪੁਰ ਕਸਬਾ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਬਾਹਰੋਂ ਇੱਕ ਲੇਡੀ ਕਸ਼ਮੀਰ ਕੌਰ ਪਤਨੀ ਮੱਘਰ ਸਿੰਘ ਜੋ ਕਾਫੀ ਏਜ ਵੀ ਹੈ ਅਤੇ 40,000 ਰੁਪਏ ਉਹਨੇ ਬੈਂਕ 'ਚੋਂ ਕਢਾਇਆ ਸੀ। ਉਸ ਦਿਨ ਕੋਈ ਨਾਮਨੂੰ ਵਿਅਕਤੀਆਂ ਨੇ ਔਰਤਾਂ ਨੇ ਉਹਦੇ ਜਿਹੜੇ 40,000 ਰੁਪਈਆ ਉਹ ਕਿਸੇ ਤੇਜ਼ਧਾਰ ਹਥਿਆਰ ਨਾਲ ਖੋਲ੍ਹੇ ਸੀਗੇ। ਉਹ ਉਸ ਦਿਨ ਤੋਂ ਲੈ ਕੇ ਬੜੀ ਘਬਰਾਈ ਹੋਈ ਸੀ ਅਤੇ ਉਹਨੇ ਪੁਲਿਸ ਨੂੰ ਅੱਜ ਇੰਟੀਮੇਟ ਕੀਤਾ ਕੱਲ੍ਹ, ਅਤੇ ਜਿਹਦੇ ਸੰਬੰਧੀ ਮੁਕੱਦਮਾ ਨੰਬਰ 104 ਅੰਡਰ ਸੈਕਸ਼ਨ 304 BNS ਥਾਣਾ ਮਹਿਤਪੁਰ ਦਰਜ ਕਰਾਇਆ, ਜੋ ਇਸ ਇਨਵੈਸਟੀਗੇਸ਼ਨ ਨੂੰ ਸੰਗੀਤਾ ਨੂੰ ਲੈਂਦਿਆਂ ਹੋਇਆਂ ਥਾਣਾ ਮਹਿਤਪੁਰ ਦੇ SHO ਇੰਸਪੈਕਟਰ ਅਜੇਪਾਲ ਅਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਸੱਜੇ ਢੰਗ ਨਾਲ ਇਸ ਇਨਵੈਸਟੀਗੇਸ਼ਨ ਨੂੰ ਹੱਲ ਕੀਤਾ ਇਸ ਕੇਸ ਨੂੰ, ਜਿਹਦੇ ਤਹਿਤ 3 ਲੇਡੀ ਜੋ ਪ੍ਰਵਾਸੀ ਹਨ, ਸਲਾਨੀ ਭਾਵਨਾ ਅਤੇ ਅਨੰਨਿਆ ਸਮੇਤ ਇੱਕ ਆਟੋ ਡਰਾਈਵਰ ਦਵਿੰਦਰ ਸਿੰਘ, ਇਹਨਾਂ ਨੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਸੀ ਕਿ ਇੱਥੇ ਉਹਦੇ ਨਾਲ ਇੰਸੀਡੈਂਟ ਕਰਨ ਤੋਂ ਬਾਅਦ ਆਟੋ 'ਚ ਸਵਾਰ ਹੋ ਕੇ ਅਤੇ ਆਪਣੇ ਟਿਕਾਣੇ 'ਤੇ ਪਹੁੰਚ ਗਈਆਂ। ਜੋ ਸੈਂਟੀਫਿਕ ਅਤੇ ਆਧੁਨਿਕ ਤਰੀਕਿਆਂ ਨਾਲ ਇਹਨੂੰ ਇਨਵੈਸਟੀਗੇਟ ਕਰਕੇ ਤਿੰਨਾਂ ਨੂੰ ਜਿਹੜਾ ਅੱਜ ਗ੍ਰਿਫਤਾਰ ਕੀਤਾ, ਔਰ ਇਹ ਬੜੇ ਅਪਰਾਧੀ ਕਿਸਮ ਦੇ ਲੋਕ ਨੇ, ਇਹਨਾਂ ਨੇ ਬਹੁਤ ਸਾਰੀਆਂ ਘਟਨਾਵਾਂ ਨੂੰ ਅੰਜਾਮ ਵੀ ਦਿੱਤਾ ਔਰ ਇਹਨਾਂ ਦੇ ਪੁਰਾਣੇ ਮੁਕੱਦਮੇ ਦਰਜੇ ਜੇਲ੍ਹਾਂ 'ਚੋਂ ਬਾਹਰ ਆਏ ਹੋਏ। ਜੋ ਥਾਣਾ ਮਹਿਤਪੁਰ ਨੇ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਅਤੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਮਾਨਯੋਗ SSP ਸਾਹਿਬ ਸ਼੍ਰੀ ਹਰਪ੍ਰੀਤ ਕੰਵਰ ਸਿੰਘ ਖੱਕ ਜੀ ਵੱਲੋਂ ਬਹੁਤ ਹੀ ਸਖ਼ਤ ਆਦੇਸ਼ ਦਿੱਤੇ ਗਏ ਹਨ, ਜਿਹਦੇ ਤਹਿਤ ਇਲਾਕੇ ਨੂੰ ਕ੍ਰਾਈਮ ਫਰੀ ਰੱਖਣ ਲਈ ਪੁਲਿਸ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਧੰਨਵਾਦ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ WhatsApp ਚੈਨਲ ਪਰ।